ਅਨੇਕ ਇਹੋ ਜਿਹੇ ਪ੍ਰਮਾਣ ਆਉਂਦੇ ਹਨ। ਸੁਦਾਮਾ ਕ੍ਰਿਸ਼ਨ ਦਾ ਭਗਤ ਸੀ, ਉਹ ਜਦੋਂ ਪਹਿਲਾਂ ਤਾਂ ਬਹੁਤ ਦਰਿੱਦਰੀ ਸੀ ਨਾ, ਕ੍ਰਿਸ਼ਨ ਦਾ ਹੀ ਬਚਨ ਹੋ ਗਿਆ ਸੀ, ਇਹ ਪੜ੍ਹਦੇ ਸੀ ਆਪਣੇ ਗੁਰੂ ਕੋਲ ਸੰਦੀਪ ਕੋਲ ਜਦ, ਅਤੇ ਉਸ ਮੌਕੇ ਇਹ ਕਿਤੇ ਲੱਕੜਾਂ ਲੁੱਕੜਾਂ ਚੁਗਣ ਗਏ, ਪਹਿਲਾਂ ਐਵੇਂ ਹੁੰਦਾ ਸੀ, ਦੋਵੇਂ ਸਰਦੀ ਦਾ ਮਹੀਨਾ ਸੀ, ਇਹ ਪੁੰਨੇ ਚੋਲੇ ਲੈ ਗਿਆ ਸੀ ਸੁਦਾਮਾ, ਕ੍ਰਿਸ਼ਨ ਕੋਲ ਕੁਛ ਹੈ ਨਹੀਂ ਸੀ, ਸਰਦੀ ਲੱਗਦੀ ਸੀ, ਬੈਠ ਕੇ ਚੋਰੀ ਚੋਰੀ ਖਾਣ ਲੱਗ ਗਿਆ। ਉਹ ਕਹਿੰਦੇ ਸੁਦਾਮਿਆਂ ਖਾਣ ਖਾਣ ਵਾਲੀ ਚੀਜ਼ਾਂ ਕੋਈ ਕੀ ਖਾਈਆਂ ਨੇ, ਤੂੰ ਕਹਿੰਦੇ ਕੁਛ ਨਹੀਂ ਖਾਂਦਾ, ਨਹੀਂ ਕਹਿੰਦੇ ਤਾਂ ਖਾਣਾ ਤੇਰਾ ਮੂੰਹ ਦੱਸਦਾ, ਮੂੰਹ ਹਿੱਲਦਾ ਸਭ, ਕਹਿ ਨਹੀਂ ਮੇਰੇ ਦੰਦ ਵੱਜਦੇ ਨੇ ਪਾਲੇ ਕਰਕੇ, ਨਹੀਂ ਜਾ ਦਲਿੱਦਰੀ ਆ, ਕਹਿੰਦੇ ਬਚਨ ਹੋ ਗਏ ਦਲਿੱਦਰ ਪੈ ਗਏ, ਹੌਲੀ ਹੌਲੀ ਇੰਨੀ ਗਰੀਬੀ ਆ ਗਈ, ਬੁਰੀ ਹਾਲਤ ਹੋ ਗਈ। ਵੱਡਾ ਹੋ ਗਿਆ, ਵਿਆਹ ਸ਼ਾਦੀ ਹੋ ਗਈ, ਉਹਦੇ ਘਰ ਵੱਜਦੇ ਨੇ ਸੁਸ਼ੀਲਾ ਸੀ, ਉਹ ਵੀ ਬੜੀ ਤੰਗੀ ਹੈ। ਅਖੀਰ ਉਹਨੇ ਕਈ ਵਾਰੀ ਉਹਦੇ ਘਰ ਵਾਲੀਆਂ ਕਿਹਾ, ਦੇਖੋ ਤੁਸੀਂ ਕਹਿੰਦੇ ਹੋ ਤੁਸੀਂ ਮੇਰੇ ਜਮਾਤੀ ਨੂੰ, ਪਹਿਲੇ ਅਸੀਂ ਇਕੱਠੇ ਪੜ੍ਹਦੇ ਹੁੰਦੇ ਸਾਂ, ਅਤੇ ਜਾਓ ਉਹਨਾਂ ਨੂੰ ਮਿਲੋ, ਉਹ ਅੱਜ ਕਿੱਡੇ ਰਾਜ ਠਾਠ ਵਿੱਚ ਨੇ, ਤੁਹਾਡੀ ਕੁਛ ਮਦਦ ਕਰਨਗੇ, ਸਾਡੀ ਹਾਲਤ ਐਸੀ ਤਰਸਯੋਗ ਹੈ, ਹੁਣ ਮਿਲੋ ਜਾ ਕੇ। ਕਹਿੰਦਾ ਕੀ ਮਿਲਾਈਆਂ ਚੀਜ਼ਾਂ, ਕੀ ਮੰਗਾਂ ਮੈਂ, ਮੈਨੂੰ ਸ਼ਰਮ ਆਉਂਦੀ। ਕਹਿਣ ਲੱਗੇ ਨਹੀਂ, ਇਹੋ ਜਿਹੀ ਹਾਲਤ ਆਪਣੀ ਇੱਧਰ ਬੱਚਿਆਂ ਦੀ ਹਾਲਤ ਆ, ਦੇਖੋ ਜਾ ਕੇ ਪੁੱਛੇ, ਉਹਨਾਂ ਮਦਦ ਹੀ ਕਰਨਗੇ ਕੁਛ ਨਾ ਕੁਛ। ਖੈਰ ਕਹਿਣ ਲੱਗੇ ਫਿਰ ਮੈਂ ਜਾਣਾ ਹੈ, ਉਹ ਹੁਣ ਸਤਿਪੁਰਖਿਆਂ ਦਾ ਭੇਟਾ ਵੀ ਕੁਛ ਲੈ ਕੇ ਜਾਵਾਂ। ਕਹਿੰਦੇ ਭੇਟਾ ਉਹ ਜਾਣ ਦੇਣ ਸਭ ਕੁਛ ਕੀ, ਅਖੀਰ ਤੰਦਲ ਕੀ ਫੂਸ ਜਿਹੜਾ ਹੁੰਦਾ ਚੌਲਾਂ ਦਾ, ਹੁਣ ਤੰਦਲ ਕਹਿੰਦੇ, ਉਹ ਇੱਕ ਛੋਟੀ ਜਿਹੀ ਲੀਰ ਵਿੱਚ ਪੁਰਾਣੀ ਜੀ ਉਹਨੇ ਬੰਨ੍ਹਤੇ, ਕਹਿੰਦੇ ਆਹ ਭੇਟਦੇ ਨਹੀਂ ਹੋਰ ਸਾਡੇ ਕੋਲ, ਕੀ ਫੁੱਲੇ ਤਾਂ ਹਨ ਨਹੀਂ ਸਾਡੀ ਹਾਲਤ। ਫਿਰ ਅੱਗੇ ਜਿੱਥੇ ਕ੍ਰਿਸ਼ਨ ਜੀ ਦਾ ਬਹੁਤ ਵੱਡਾ ਮਹਿਲ ਸੀ ਉੱਥੇ ਪਹੁੰਚਿਆ, ਦੁਆਰਕਾ, ਬਾਹਰ ਜਿਹੜੇ ਦਰਬਾਨ ਖੜ੍ਹੇ ਸੀ ਉਹਨਾਂ ਨੂੰ ਜਾ ਕੇ ਕਹਿਣ ਲੱਗਾ, ਕ੍ਰਿਸ਼ਨ ਜੀ ਨੂੰ ਕਹੋ ਮੇਰਾ ਨਾਮ ਸੁਦਾਮਾ ਹੈ, ਮੈਂ ਉਹਨਾਂ ਦੇ ਜਮਾਤੀ ਹਾਂ, ਜਦੋਂ ਅਸੀਂ ਇਕੱਠੇ ਪੜ੍ਹਦੇ ਹੁੰਦੇ ਸੀ ਆਪਣੇ ਗੁਰੂ ਕੋਲ, ਉਦੋਂ ਦਾ ਅਸੀਂ ਇਕੱਠੇ ਬਾਲ ਸਿਖਾਈ ਹਾਂ, ਮੈਂ ਮਿਲਣ ਵਾਸਤੇ ਆਇਆ। ਉਸਨੇ ਜਾ ਕੇ ਦੱਸਿਆ, ਕਹਿਣ ਮਹਾਰਾਜ ਇੱਕ ਫਟੇ ਪੁਰਾਣੇ ਜਿਹੇ ਕੱਪੜੇ ਹਨ, ਬਹੁਤ ਦਲੀਦਰੀ ਜਿਹਾ ਸਰੀਰ ਸੁੱਕਿਆ ਪਿਆ ਕੜਾਕਿਆਂ ਨਾਲ, ਅਤੇ ਇਹੋ ਜਿਹਾ ਸੁਦਾਮਾ ਆਪਣਾ ਨਾਂ ਦੱਸ ਰਿਹਾ ਕਰਕੇ, ਕਹਿੰਦਾ ਮੈਂ ਪੜ੍ਹਦਾ ਰਿਹਾ ਉਹਨਾਂ ਨਾਲ ਪਹਿਲਾਂ, ਉਹ ਮਿਲਣ ਨੂੰ ਕਹਿੰਦਾ। ਕ੍ਰਿਸ਼ਨ ਜੀ ਨੂੰ ਜਦੋਂ ਪਤਾ ਲੱਗਿਆ ਸੁਦਾਮਾ ਆਇਆ, ਉੱਥੋਂ ਹੀ ਉੱਠ ਕੇ ਡਣੌਤਾਂ ਕਰਦੇ, ਇਹ ਭਾਈ ਗੁਰਦਾਸ ਨੇ ਲਿਖਿਆ ਵੀ ਪੁਰ ਸੁਦਾਮਾ ਦਾਵ ਦੀ ਬਾਲ ਸਿਖਾਈ ਮਿੱਤਰ ਸਾਹਿਬ, ਸਾਰਾ ਪ੍ਰਸੰਗ ਇਹਦਾ। ਸਵਯੋਂ ਕਰਕੇ ਆ ਕੇ ਮਿਲੇ ਕ੍ਰਿਸ਼ਨ ਜੀ ਨੂੰ, ਬੜਾ ਬੁਕਲ 'ਚ ਲੈ ਕੇ ਮਿਲੇ, ਲਿਜਾ ਕੇ ਸਿੰਘਾਸਣ ਦੇ ਬਿਠਾਇਆ, ਆਪਣੀਆਂ ਰਾਣੀਆਂ ਨੂੰ ਕਹਿੰਦੇ ਚੌਰ ਕਰੋ, ਕਿਸੇ ਨੂੰ ਕਹਿ ਚਰਨ ਧੋ, ਇਹਨਾਂ ਦੇ ਚਰਾਮ ਲਓ, ਆਪਣੇ ਸਿਰ 'ਚ ਰਾਮ ਲਿਆ ਪਾਇਆ, ਬੜਾ ਉਹਦੀ ਸੇਵਾ ਕਈ ਦਿਨ ਰੱਖ ਕੇ ਬੜੀ ਸੇਵਾ ਕਰਦੇ ਰਹੇ। ਅਖੀਰ ਹੋਰ ਕੁਛ ਨਹੀਂ ਕਿਹਾ ਸੁਦਾਮੇ ਨੇ, ਉਹਨੂੰ ਕਿਹਾ ਸੀ ਸੁਸ਼ੀਲਾ ਵੀ ਮੈਂ ਕਹਿਣਾ ਕੁਛ ਨਹੀਂ, ਵੀ ਮੈਨੂੰ ਆ ਦਿਓ, ਮੈਂ ਤਾਂ ਜਾਇਆ ਉਹਨਾਂ ਕਹਿ, ਮੇਰੇ ਤੋਂ ਕਹਿ ਨਹੀਂ ਹੋਣਾ ਵੀ ਮੈਨੂੰ ਆ ਦਿਓ, ਕਹਿੰਦੀ ਆਪੇ ਜਾਣ ਜਾਣਗੇ ਤਾਂ ਕਹਿਣਾ ਜਾ। ਫਿਰ ਕਿਹਾ ਹੀ ਨਹੀਂ ਕੁਛ ਨਹੀਂ। ਅਖੀਰ ਕਈ ਦਿਨ ਰਹਿ ਕੇ ਕ੍ਰਿਸ਼ਨ ਜੀ ਕਹਿਣ ਲੱਗੇ, ਬਈ ਸੁਦਾਮਾ ਬੜੀ ਦੇਰ ਪਿੱਛੋਂ ਮਿਲੇ ਆਪਾਂ, ਬਹੁਤ ਚਿਰ ਪਿੱਛੋਂ ਮਿਲੇ, ਕਾਫੀ ਦੇਰ ਤੱਕ ਰੱਖਿਆ। ਫਿਰ ਪਿੱਛੋਂ ਜਾ ਕੇ ਉਹਨੇ ਵਿਸ਼ਵਕਰਮਾ ਨੂੰ ਭੇਜ ਕੇ ਉਹਦੇ ਬੜੇ ਬੜੇ ਮਹੱਲ ਰਚਦੇ, ਬਹੁਤ ਕੁਛ ਪਦਾਰਥਾਂ ਨਾਲ ਘਰ ਪਾਤਾ, ਸਭ ਕੁਛ ਕਰਤਾ, ਇਹਨੂੰ ਇਹਨੇ ਕੁਛ ਨਹੀਂ ਕਿਹਾ ਹੋਇਆ। ਅਖੀਰ ਜਦੋਂ ਵਾਪਸ ਆਉਣ ਲੱਗਿਆ, ਕ੍ਰਿਸ਼ਨ ਨੂੰ ਮਿਲ ਕੇ ਇਹਨੂੰ ਛੱਡਣ ਛੁੱਡਣ ਆਏ ਦੂਰ ਤੱਕ, ਰਸਤੇ ਸੋਚਦਾ ਹੁੰਦਾ ਕੁਛ ਨਾ ਬਣਿਆ, ਮੇਰੀ ਤਾਂ ਬੜੀ ਸੇਵਾ ਕੀਤੀ, ਉੱਥੇ ਤਾਂ ਬੱਚਿਆਂ ਦੇ ਤਾਂ ਇਹੀ ਹਾਲਤ ਹੈ, ਮੇਰਾ ਕੀ ਬਣਿਆ। ਅੱਛਾ ਮੈਂ ਇਹਨੂੰ ਭੇਜਿਆ ਸੀ ਸੁਸ਼ੀਲ ਨੇ, ਮੈਂ ਜਾ ਆਇਆ। ਫਿਰ ਅੱਗੇ ਜਿਸ ਵਾਰ ਜਾ ਕੇ ਦੇਖਿਆ ਆਪਣਾ ਘਰ, ਕਹਿੰਦਾ ਲਓ ਗਰੀਬ ਦੀ ਛੱਪਰੀ ਵੀ ਢਾਹਤੀ, ਖਬਨੀ ਕਿਹੜੇ ਰਾਜਾ ਨੇ ਕਿਸੇ ਸ਼ੇਖ ਨੇ ਮਹੱਲ ਪਾ ਲਏ ਇੱਥੇ, ਮੇਰਾ ਉਹ ਵੀ ਜਾਂਦਾ ਰਿਹਾ, ਆਪਣੇ ਬੱਚੇ ਕਿੱਧਰ ਮਰ ਖਪ ਗਏ ਹੋਣਗੇ। ਜਦੋਂ ਦੇਖਿਆ ਇਹਨੂੰ ਇੱਧਰ ਉੱਧਰ ਜਾਗਦੇ ਨੂੰ, ਸੁਸ਼ੀਲਾ ਨੇ ਉੱਪਰ ਆਵਾਜ਼ ਮਾਰੀ, ਆ ਜਾਓ ਕਿ ਤੁਹਾਡੇ ਹੀ ਮਹੱਲ ਲਏ, ਬੜਾ ਖੁਸ਼ ਹੋਇਆ। ਫਿਰ ਆ ਕੇ ਦੇਖਿਆ, ਕਹਿਣ ਲੱਗਾ ਮੇਰਾ ਮਿੱਤਰ ਕਿਹਾ ਜਾ, ਦੇਖਿਆ ਕੀ ਕਰਤਾ ਤੇਰਾ ਸੁਦਾਮਾ। ਹੁਣ ਇਸ ਦਿਸ਼ਾ ਵਿੱਚ ਹੈ, ਅਮੀਰੀ ਦਿਸ਼ਾ ਵਿੱਚ ਹੈ ਸੁਦਾਮਾ। ਹੁਣ ਇੱਕ ਦਿਨ ਕ੍ਰਿਸ਼ਨ ਜੀ ਸੁਦਾਮੇ ਨੂੰ ਮਿਲਣ ਵਾਸਤੇ ਗਏ, ਉੱਥੇ ਕ੍ਰਿਸ਼ਨ ਜੀ ਸੁਸ਼ੀਲ ਨੂੰ ਕਹਿਣ ਲੱਗੇ, ਕੋਈ ਐਸੇ ਵੈਸੇ ਚੰਗੇ ਮਿੱਠੇ ਮੁੱਠੇ ਪਦਾਰਥ ਨਹੀਂ ਤਿਆਰ ਕਰਨੇ, ਸਾਦੀ ਦਾਲ ਰੋਟੀ ਜਿੱਦਾਂ ਰੋਜ਼ ਖਾਂਦੇ ਹਾਂ ਅਸੀਂ, ਬਸ ਜੀ ਭਰਿਆ ਪਿਆ ਮਿੱਠੀਆਂ ਚੀਜ਼ਾਂ ਨਾਲ, ਐਸਾ ਨਹੀਂ ਕੁਛ ਕਰਨਾ, ਸਿਰਫ
ਸਾਦੀ ਦਾਲ ਰੋਟੀ ਤਿਆਰ ਕਰੋ, ਅਸੀਂ ਹੁਣੀ ਬਾਹਰ ਇਸ਼ਨਾਨ ਕਰਕੇ ਆਉਂਦੇ ਹਾਂ। ਸਦਾਮੇ ਨੂੰ ਨਾਲ ਲੈ ਕੇ ਬਾਹਰ ਚਲੇ ਗਏ ਤਲਾਅ 'ਤੇ ਇਸ਼ਨਾਨ ਕਰਨ ਵਾਸਤੇ। ਉੱਥੇ ਸਦਾਮੇ ਨੇ ਫਿਰ ਗੱਲ ਛੇੜੀ, ਸਦਾਮਾ ਕਹਿਣਗਾ ਮਹਾਰਾਜ ਮਾਇਆ ਦਿਖਾਓ ਆਪਣੀ। ਉਹ ਕਿਸ਼ਨ ਜੀ ਕਹਿੰਦੇ ਅਜੇ ਤੱਕ ਮਾਇਆ ਤਾਂ ਦੇਖੀ ਨਹੀਂ, ਕੁਛ ਕਸਰ ਰਹੀ ਹੈ ਮਾਇਆ ਦੀ? ਨਹੀਂ ਮਹਾਰਾਜ, ਮਾਇਆ ਜ਼ਰੂਰ ਦਿਖਾ, ਮੈਂ ਤੁਹਾਡਾ ਪੁਰਾਣਾ ਮਿੱਤਰ ਹਾਂ, ਮੈਨੂੰ ਮਾਇਆ ਜ਼ਰੂਰ ਦਿਖਾ। ਉਹ ਕਹਿਣਾ ਕਸਰ ਰਹੀ ਹੈ, ਤੈਨੂੰ ਮਾਇਆ ਦੀ ਦੇਖਤਾ ਸੀ, ਇੱਦਾਂ ਜ਼ਿਆਦਾ ਹੋਰ ਮਾਇਆ ਤਾਂ ਕੀ ਦੇਖ? ਨਹੀਂ ਨਹੀਂ ਜ਼ਰੂਰ ਕਿਰਪਾ ਕਰੋ। ਚੰਗਾ, ਕਹਿਣਗੇ ਵੀ ਤੇਰੀ ਮਰਜ਼ੀ ਹੈ, ਮਾਇਆ ਦੇਖਣੀ ਹੈ ਦੇਖ ਲੈ। ਖੈਰ, ਇਸ਼ਨਾਨ ਕਰਦੇ ਸੀ, ਕਿਸ਼ਨ ਜੀ ਬੈਠੇ ਸੀ ਕਿਨਾਰੇ 'ਤੇ, ਉਹਨੇ ਚੁੱਭੀ ਜੋ ਦਲਾਈ ਸਦਾਮੇ ਨੇ, ਪਤਾ ਨਹੀਂ ਕੋਈ ਦਰਿਆ ਉਹਦੇ ਵਿੱਚ ਰੁੜਦਾ ਹੀ ਚਲਿਆ ਜਾ ਰਿਹਾ। ਰੁੜਦੇ ਜਾਂਦੇ ਜਾਂਦੇ ਅੱਗੇ ਜਾ ਕੇ ਪਤਾ ਨਹੀਂ ਕਿੱਡੀ ਕੁ ਦੂਰ ਚਲਾ ਗਿਆ। ਉੱਥੇ ਇੱਕ ਛੋਟੇ ਜਿਹੇ ਬੱਚੇ ਦੀ ਸ਼ਕਲ ਵਿੱਚ ਹੋ ਗਿਆ। ਉੱਥੇ ਬੜਾ ਕੋਈ ਸੇਠ ਸੀ, ਸਾਣੀ ਸੀ, ਉਹ ਉੱਥੇ ਨਾ ਰਹੇ ਸੀ, ਉਹਨਾਂ ਦੀ ਵੀ ਕੋਈ ਔਲਾਦ ਨਹੀਂ ਸੀ। ਉਹਨੇ ਬੱਚਾ ਜਾਣ ਕੇ ਫੜ ਲਿਆ, ਚਲੋ ਪਰਮਾਤਮਾ ਸਾਨੂੰ ਬੱਚਾ ਦਿੱਤਾ, ਪਾਲਣਾ ਪੂਰਣਾ ਕੀਤੀ, ਬੜਾ ਤਕੜਾ ਹੋ ਗਿਆ, ਵਿਆਹ ਸ਼ਾਦੀ ਹੋ ਗਈ, ਬਾਲ ਬੱਚੇ ਹੋ ਗਏ, ਉੱਥੇ ਪਰਚੇ ਪੁਰਚੇ। ਸੋ ਇਸੇ ਤਰ੍ਹਾਂ ਸਮਾਂ ਗੁਜ਼ਰ ਕੇ ਕੋਈ 60 ਸਾਲ ਦੀ ਉਮਰ ਪੁੱਛੀ, ਬਹੁਤ ਸਾਰੇ ਬੱਚੇ, ਖਾਸਾ ਪਰਿਵਾਰ ਹੋ ਗਿਆ। ਕੁਦਰਤੀ ਉਹਦੇ ਘਰਵਾਲੀ ਗੁਜ਼ਰ ਗਈ। ਉੱਥੇ ਰਿਵਾਜ਼ ਸੀ ਜਿਵੇਂ ਸਤੀਆਂ ਹੁੰਦੀਆਂ ਸਤਾ ਹੋਣ ਦਾ, ਲੋਕ ਕਹਿੰਦੇ ਨੇ ਵੀ ਹੁਣ ਤੈਨੂੰ ਸਤਾ ਕਰਾਂਗੇ। ਉਹ ਸਦਾਮਾ ਉਹ ਡਰੇ, ਕਹਿਣਗੇ ਬੜਾ ਮੁਸ਼ਕਿਲ ਹੈ ਜਿਉਂਦੇ ਫੁਕਣਾ, ਇਹ ਤਾਂ ਬੜੀ ਔਖੀ ਗੱਲ, ਮੈਥੋਂ ਤਾਂ ਨਹੀਂ ਹੋਣਾ। ਉਹ ਕਹਿਣਗੇ ਵੀ ਇੱਥੇ ਰਿਵਾਜ਼ ਹੀ ਹੈ, ਜੇ ਹੁਣ ਤੈਨੂੰ ਰਿਵਾਜ਼ ਦੇ ਮੁਤਾਬਕ ਤੈਨੂੰ ਸਤਾ ਹੋਣਾ ਪਊਗਾ। ਮੈਥੋਂ ਨਹੀਂ ਗੱਲ, ਉਹ ਲੋਕ ਉਹਨੂੰ ਪ੍ਰੈਸ ਕਰ ਰਹੇ, ਮਜਬੂਰ ਕਰ ਰਹੇ ਨੇ ਵੀ ਚੱਲ ਇਸ਼ਨਾਨ ਇਸ਼ਨੂਨ ਕਰ, ਤੈਨੂੰ ਇਹਦੇ ਚਿਕਾ ਵੀ ਸਿੱਟੀਏ। ਲੇਕਿਨ ਉਹ ਡਰਦਾ ਹੈ, ਕੰਬਦਾ ਹੈ, ਅਖੀਰ ਦੁਖੀ ਹੋ ਗਿਆ, ਹੋਰ ਕੁਛ ਨਾ ਸੀ, ਕੁਛ ਨਹੀਂ ਆ ਕੇ ਮੈਨੂੰ ਬਚਾਓ ਇਹ ਬਿਪਤਾ ਤੋਂ। ਜਦੋਂ ਬਚਾਇਆ ਤਾਂ ਇਸ਼ਨਾਨ ਕਰਕੇ ਬਾਹਰ ਨਿਕਲੇ, ਕਹਿੰਦੇ ਬੜੀ ਜੀ ਇਸ਼ਨਾਨ ਕਰਕੇ, ਖੈਰ ਕੱਪੜੇ ਕੁਪੜੇ ਪਾ ਲਏ, ਜੋ ਘਰ ਆ ਪਹੁੰਚੇ, ਅੱਗੇ ਖਾਣ ਵੀ ਤਿਆਰ ਨਹੀਂ ਹੈ ਜੋ ਹੈ। ਸ਼ੀਲਾ ਕਹਿੰਦੀ ਬੜੀ ਛੇਤੀ ਆ ਗਏ, ਇਸ਼ਨਾਨ ਨਹੀਂ ਕਰਕੇ? ਕਹਿੰਦੇ ਇਸ਼ਨਾਨ ਕਰਕੇ ਆਇਆ, ਇਹ ਤਾਂ 60-70 ਸਾਲ ਵੀ ਹੋ ਗਿਆ ਉੱਥੇ। ਇਹਨੂੰ ਪੁੱਛਦਾ ਕਿੰਨਾ ਚਿਰ ਉੱਥੇ ਦੇ ਗਿਆ ਮਾਇਆ। ਸੋ ਇਹ ਮਾਇਆ, ਇਸ ਨੂੰ ਕਹਿੰਦੇ ਨੇ ਹੋਰ ਕੁਝ ਨਾ ਅੰਦਰ, ਇਸਦਾ ਨਾਮ ਹੀ ਮਾਇਆ। ਈਸ਼ਰੀ ਜਾਦੂ ਕਹੋ, ਈਸ਼ਰੀ ਮਾਇਆ ਕਹੋ, ਅਵਿਦਿਆ ਕਹੋ, ਅਗਿਆਨ ਕਹੋ, ਅਵਰਣ ਕਹੋ, ਇਹਦੇ ਅਨੇਕਾਂ ਨਾਂ ਰੱਖੇ ਹਨ। ਇਸਦੇ ਬਲ ਕਰਕੇ ਅਣਹੋਇਆ ਹੀ ਸੰਸਾਰ ਹੈ, ਜਿਹੜਾ ਦੁੱਖ ਦਾ ਕਾਰਨ ਬਣ ਰਿਹਾ ਹੈ। ਇਸਦੇ ਇਸ ਮਾਇਆ ਦੀ ਨਿਵਿਰਤੀ ਵਾਸਤੇ ਹੀ, ਇਸ ਨੂੰ ਮਨ ਦੇ ਉੱਪਰ ਲਾਉਣ ਵਾਸਤੇ ਹੀ ਸਾਰੇ ਉਪਾਅ ਸਤਿਪੁਰਸ਼ਾਂ ਨੇ ਕਥਨ ਕੀਤੇ ਹਨ, ਦੱਸੇ ਹਨ, ਦਰਜ ਅਤੇ ਉਪਦੇਸ਼ ਵੀ ਇਹਨਾਂ ਦਾ ਹੀ ਕੀਤਾ ਜਾਂਦਾ। ਹੌਲੀ ਹੌਲੀ ਕਿਸੇ ਨੂੰ ਕਿਸੇ ਤਰੀਕੇ ਸਿਰ, ਕਿਸੇ ਨੂੰ ਕਿਸੇ ਤਰੀਕੇ ਸਿਰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹ ਇੱਕ ਦਰਸ ਹੈ, ਇਹ ਅਵਿਦਿਆ ਮਾਇਆ ਜੀ ਸਹੀਓ ਤਦੇ ਕਿਹਾ ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ, ਕਿੰਚਿਤ ਪੀਤਨ ਉਪਜਨ ਕੁਜਨ ਕਹਾਂ ਕਰੇਂਦੇ ਸਾਰੇ। ਇਹ ਪ੍ਰਭੂ ਕਬੀਰ ਜੀ ਨੇ ਪ੍ਰਾਰਥਨਾ ਕੀਤੀ ਹੈ, ਇਹ ਮਾਇਆ ਨੇ ਤੇਰੇ ਚਰਨ ਵਿਸਾਰ ਛੱਡੇ ਹਨ, ਕੀ ਕਰਨ ਵਿਚਾਰੇ ਜੀ। ਹਾਂ, ਇਹ ਤੇਰਾ ਨਾਂ ਚਿੱਤ ਨਹੀਂ ਆਉਂਦਾ ਹੈ, ਤੇਰੀ ਭਗਤੀ ਚਿੱਤ ਨਹੀਂ ਆਉਂਦੀ ਹੈ, ਇਹ ਕਿੱਧਰ ਨੂੰ ਜਾਣੇ ਦੇ ਆਪਣੀ ਕੋਈ ਤਾਕਤ ਨਹੀਂ, ਤੂੰ ਕਿਰਪਾ ਕਰ ਤਾਂ ਕਿ ਇਹਨਾਂ ਦੇ ਮਨਾਂ ਤੋਂ ਮਾਇਆ ਰਹੇ, ਔਰ ਇਹ ਤੇਰੀ ਭਗਤੀ ਕਰਕੇ ਅਸਲੀਅਤ ਨੂੰ ਪ੍ਰਾਪਤ ਹੋ ਕੇ ਸੁਖੀ ਹੋ ਜਾਣ। ਕਿਉਂਕਿ ਜਿੰਨੀ ਦੇਰ ਤੋਂ ਮਨ 'ਤੇ ਮਾਇਆ ਦਾ ਗਲਬਾ ਹੈ, ਸੁਖੀ ਨਹੀਂ ਹੋ ਸਕਦਾ। ਸੋ ਇਉਂ ਐਸਾ ਹੈ, ਇਸ ਨੂੰ ਹੀ ਮਾਇਆ ਕਹਿੰਦੇ ਹਨ। ਇਸ ਨੂੰ ਲਾਉਣ ਵਾਸਤੇ ਹੀ ਪਹਿਲੇ ਤਾਂ ਮਾਇਆ ਨੇ ਮਨੁੱਖਾਂ ਦੇ ਵਿੱਚ ਹੀ ਇਸਦੀ ਸਮਝ ਪੈਂਦੀ ਹੈ, ਇਸਦੀ ਸੂਝਬੂਝ ਪੈਂਦੀ ਹੈ। ਸੂਝਬੂਝ ਵੀ ਸਤਸੰਗ ਦੁਆਰਾ ਪਏਗੀ। ਜਿਹਨਾਂ ਪੁਰਸ਼ਾਂ ਦਾ ਸਤਸੰਗ ਵੱਲ ਰਗਬਤ ਨਹੀਂ ਹੈ, ਹਿੱਤ ਨਹੀਂ ਹੈ, ਸਤਸੰਗ ਵੱਲ ਪਿਆਰ ਨਹੀਂ ਹੈ, ਉਹਨਾਂ ਤਾਂ ਇਸ ਗੱਲ ਦੀ ਸੂਝ ਹੀ ਨਹੀਂ ਪੈਂਦੀ। ਉਹ ਤਾਂ ਇਸ ਨੂੰ ਸੱਚ ਮੰਨ ਕੇ ਇਸ ਵਿੱਚ ਉਲਝੇ ਪਏ, ਇਹਨੂੰ ਗਾਹਾਂ ਕੋਈ ਜਾਣਦੇ ਹੀ ਨਹੀਂ। ਦੁਖੀ ਹੋ ਰਹੇ ਨੇ ਬਥੇਰੇ, ਸੁਖੀ ਨਹੀਂ, ਦੁਖੀ ਬਹੁਤ ਹਨ, ਪਰ ਪਤਾ ਹੀ ਨਹੀਂ ਹੈ। ਜਦੋਂ ਸਤਸੰਗ ਕਰਦਾ ਹੈ ਕੋਈ, ਫਿਰ ਥੋੜ੍ਹੀ ਬਹੁਤੀ ਇਹਨੂੰ ਸਮਝ ਪੈਂਦੀ ਹੈ, ਕੁਛ ਇਹੋ ਜਿਹੇ ਵਚਨ ਸੁਣਦਾ ਹੈ, ਅਤੇ ਹੋਰ ਕੋਈ ਨਾ ਕੋਈ ਧਾਰਮਿਕ ਗ੍ਰੰਥਾਂ ਦਾ ਇਹੋ ਜਿਹਾ ਮੁਤਾਲਾ ਵੀ ਕਰਦਾ ਹੈ। ਬਹੁਤ ਹੀ ਗ੍ਰੰਥ, ਬਹੁਤ ਹੀ ਵਿੱਦਿਆ ਤੈਨੂੰ ਪਟ ਮਿਲਦੀਆਂ ਨੇ, ਝਮੇਲਿਆਂ 'ਚ ਵੀ ਪਾ ਦਿੰਦੀ ਹੈ। ਜਿਵੇਂ ਜੰਗਲ ਦੇ ਵਿੱਚ ਬਹੁਤੀਆਂ ਪਗਡੰਡੀਆਂ ਹੋਣ, ਜੇ ਕਿਸੇ ਥਾਂ 'ਤੇ ਪਹੁੰਚਣਾ ਹੋਵੇ ਰੁੜ ਜਾਂਦਾ ਆਦਮੀ,
ਬਹੁਤ ਵਿੱਦਿਆ, ਕਿਸੇ ਨੇ ਕੁਛ ਕਹਿਤਾ, ਕਿਸੇ ਨੇ ਕੁਛ ਕਹਿਤਾ, ਕਿਸੇ ਨੇ ਕੁਛ ਕਹਿਤਾ, ਰੋਲ ਦਿੰਦੀ ਹੈ ਵਿੱਦਿਆ। ਕਿਸੇ ਇੱਕ ਨਿਸ਼ਾਨੇ 'ਤੇ ਇੱਕ ਥਾਂ ਦੀ ਸ਼ਰਧਾ ਨਹੀਂ ਰਹਿਣ ਦਿੰਦੀ, ਉਹ ਆਦਮੀ ਹਰ ਪਾਸੇ ਜਾਂਦਾ ਰਹਿੰਦਾ। ਇੱਕ ਮਾਰਗ 'ਤੇ ਚੱਲੇ ਤਾਂ ਦੇਖਿਆ ਸਤਪੁਰਸ਼ਾਂ ਦੇ ਕਹੇ ਅਨੁਸਾਰ ਚੱਲਣਾ, ਜਿਹੜਾ ਇੱਕ ਮਾਰਗ ਉਹ ਸਫਲਤਾ ਪ੍ਰਾਪਤ ਕਰ ਸਕਦਾ ਹੈ। ਨਹੀਂ ਤਾਂ ਜੇ ਉਹ ਗ੍ਰੰਥ ਆ ਉਹ ਦੇਖ ਲਿਆ, ਉਹ ਆ ਉਹ ਦੇਖ ਲਿਆ, ਇਹੋ ਜਿਹੇ ਅਨੇਕਾਂ ਕਿਸਮ ਦੇ ਗ੍ਰੰਥ ਹਨ ਜਿਹੜੇ ਇਹਨੂੰ ਪਟਲ ਬਲਕਿ ਬਹੁਤ ਭਰਮਾਂ 'ਚ ਪਾਉਂਦੇ ਹਨ। ਹਾਂ, ਕਿਸੇ ਨੂੰ ਕੁਛ ਕਹਿਤਾ, ਕਿਸੇ ਨੂੰ ਕੁਛ ਕਹਿਤਾ, ਕਿਸੇ ਨੂੰ ਕੁਛ ਕਹਿਤਾ, ਬਹੁਤ ਬਣੇ ਹੋਏ ਨੇ, ਉੱਥੇ ਭਰਮ ਪੈ ਜਾਂਦਾ, ਭੁਗ ਡੰਡੀਆਂ ਨਾਲ ਰੁਲ ਜਾਂਦਾ। ਸੋ ਇਸ ਕਰਕੇ ਮਹਾਂਪੁਰਸ਼ਾਂ ਦੇ ਇੱਕ ਸਤਿਪੁਰਸ਼ਾਂ ਦੀ ਸੰਗਤ ਦੀ ਜ਼ਰੂਰਤ ਦੱਸੀ ਹੈ ਵੀ ਉਹਨਾਂ ਦੇ ਕਹੇ ਅਨੁਸਾਰ ਇਸ ਮਾਰਗ 'ਤੇ ਚੱਲੇ, ਜਿਹੜੇ ਉਹਨਾਂ ਦੇ ਆਸ਼ੇ ਅਨੁਸਾਰ ਬਚਨ ਹਨ ਸਾਡੀ ਗੁਰਬਾਣੀ ਅਨੁਸਾਰ ਚੱਲ ਕੇ ਫਿਰ ਜਾ ਕੇ ਸਫਲਤਾ ਮਿਲਦੀ ਹੈ, ਵਰਨਾ ਤਾਂ ਰੁਲ ਰੁਲ ਜਾਂਦਾ। ਹਾਂ, ਜੇ ਕਿਉਂਕਿ ਸਾਰੀ ਦੁਨੀਆ ਗ੍ਰੰਥਾਂ ਤੋਂ ਕੁਛ ਹਾਸਿਲ ਕਰਨਾ ਹੈ, ਕੁਛ ਨਹੀਂ ਕਰ ਸਕਦਾ।